ਜਲਦੀ ਸੈੱਟ ਲਾਉਣਗੇ ਤੇ ਨਾਲ ਕਾਲ ਹੈ ਮਾਝਾ ਖਾਲਸਾ ਕਬੱਡੀ ਕਲੱਬ ਘੜਿਆਲਾ ਤੇ ਨਾਲ ਬੇਨਤੀ ਕਰਦੇ ਆ ਸੁਲਤਾਨਵਿੰਡ ਦੀਆਂ ਟੀਮਾਂ ਨੂੰ ਵੀ ਉਹਨੂੰ ਚੱਲਦੇ ਮੈਚ ਦੇ ਵਿੱਚ ਆਪਾਂ ਪੁੱਜਾਂਗੇ ਅੱਜ ਦਾ ਇੱਕ ਕਬੱਡੀ ਕੱਪ ਡੇ ਨੈਟ ਖੇਡਿਆ ਜਾਊਗਾ ਦੋਨੋਂ ਟੀਮਾਂ ਨੂੰ ਜਲਦੀ ਸੈੱਟ ਲਾਉਣ ਕਬੱਡੀ ਦੇ ਗਰਾਊਂਡ ਅੰਦਰ ਪਹਿਲੇ ਮੈਚ ਦੀ ਸ਼ੁਰੂਆਤ ਛੋਟਾ ਮੈਚ ਹੈ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਸਿੱਧਾ ਤਕੜਾ ਨਹੀਂ ਕੋਈ ਜੰਮ ਸਕਦਾ ਰਾਤੋਂ ਰਾਤ ਜਿਹੜਾ ਫਿਰੇ ਬੰਦਾ ਬੰਨ ਨੂੰ ਸਟਾਰ ਉਹ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਲਾਂ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਲੀਲਾਂ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਕਬੱਡੀ ਦੀ ਖੇਡ ਗਰਾਊਂਡ ਅੰਦਰ ਦੋਨੋਂ ਟੀਮਾਂ ਪੁੱਜੀਆਂ ਜਲਦੀ ਕਾਲ ਹੈ ਵੀ ਸੈੱਟ ਲਾਉਣ ਟੀਮਾਂ ਮੇਰੇ ਵਾਲੀ ਸਾਈਡ ਟੀਮ ਹੈ ਮੀਰੀ ਪੀਰੀ ਸਪੋਰਟਸ ਕਲੱਬ ਸੁਲਤਾਨਵਿੰਡ ਦੀ ਤੇ ਇਧਰਲੇ ਪਾਸੇ ਗੁਰੂ ਘਰ ਵਾਲੀ ਸਾਈਡ ਟੀਮ ਹੈ ਸੁਲਤਾਨਵਿੰਡ ਪਿੰਡ ਦੀ ਦੋਨੋਂ ਟੀਮਾਂ ਦੇ ਦਰਮਿਆਨ ਅੱਜ ਸਿਰੇ ਦਾ ਮੁਕਾਬਲਾ ਖੇਡਿਆ ਜਾਣਾ ਕਿ ਅੱਜ ਭੇੜ ਹੋਣਗੇ ਸਾਹਨਾਂ ਦੇ ਤੇ ਮਾਂਬਲੀ ਭਲਵਾਨਾਂ ਦੇ ਕੋਈ ਬਚ ਬਚਾ ਕੇ ਨੱਸੇਗਾ ਕੋਈ ਅੱਗੇ ਹੋ ਹੋ ਡੱਕੇਗਾ ਕੀ ਕਹਿਣੇ ਇਹਨਾਂ ਮਿਹਨਤੀ ਇਨਸਾਨਾਂ ਦੇ ਅੱਜ ਭੇੜ ਹੋਣਗੇ ਸਾਹਨਾਂ ਦੇ ਤੇ ਮਾਂਬਲੀ ਭਲਵਾਨਾਂ ਦੇ ਸਾਹਨਾਂ ਦੇ ਭੇੜ ਕਬੱਡੀ ਦੇ ਖੇਡ ਗਰਾਊਂਡ ਅੰਦਰ ਦੇਖਣ ਨੂੰ ਮਿਲਦੇ ਆ ਦੋਨਾਂ ਟੀਮਾਂ ਦੇ ਦਰਮਿਆਨ ਹੋਣ ਲੱਗਾ ਮੈਚ ਸੁਖਰਾਜ ਸਿੰਘ ਗੋਰਾ ਨਸ਼ੋ ਰੰਗ ਹੈ ਚੱਲ ਵੀ ਗੱਭਰੂ ਆਪਾਂ ਕਬੱਡੀ ਲਓ ਕਬੱਡੀ ਕਹਿੰਦੇ ਸੁਖਰਾਜ ਸਿੰਘ ਪਾਉਣ ਦੇ ਲਈ ਵਾਧਾ ਚਾਰ ਜਾਫੀ ਹੈ ਚਾਰਾਂ ਦੇ ਕਹਿੰਦੇ ਹੁਣ ਸੁਖਰਾਜ ਦੀ ਪੈਂਦੀ ਕਬੱਡੀ ਲਓ ਨਹੀਂ ਰੀਸਾਂ ਆ ਰੋਡਾ ਪੋਡਾ ਕੌਣ ਨੀ ਭਾਬੀ ਦੀਵਾ ਜਗਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਪੁਆਇੰਟ ਕਹਿੰਦੇ ਸੁਖਰਾਜ ਨੇ ਆਪਣੇ ਖਾਤੇ ਵੀ ਜੋੜ ਦਿੱਤਾ ਚੱਲ ਵੀ ਗੱਭਰੂ ਆਪਾਂ ਕਬੱਡੀ ਆਪਾਂ ਤੱਕਾਂਗੇ ਖੇਡ ਗਰਾਊਂਡ ਦੇ ਵਿੱਚ ਪਤਲਾ ਪਤੰਗ ਜਿਹਾ ਸਰੀਰ ਹੈ ਨੌਜਵਾਨ ਦਾ ਚਾਰ ਜਾਫੀ ਹੈ ਗੱਗੂ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਲਾਓ ਸਾਹਮਣੇ ਗੱਗੂ ਦੀ ਕਹਿੰਦੇ ਪੈਂਦੀ ਕਬੱਡੀ ਇੱਕ ਕਹਿੰਦੇ ਗੱਗੂ ਗਿੱਲ ਮਾਣੀ ਖਾੜੇ ਦਾ ਤੇ ਇੱਕ ਗੱਗੂ ਆ ਨੌਜਵਾਨ ਹੈ ਗੱਗੂ ਦੀ ਕਹਿੰਦੇ ਪੈਂਦੀ ਕਬੱਡੀ ਧੂੜਾ ਪੱਟੀ ਜਾਂਦੇ ਨੇ ਜਿਹਨਾਂ ਨੇ ਦੁੱਧ ਮਾਵਾਂ ਦਾ ਪੀਤਾ ਧਾਵੀ ਫੜਨੇ ਸੌਖੇ ਨੀ ਯਾਰੋ ਦੁੱਲਾ ਤੇ ਕਲਜੀਤਾ ਗੁਰੂ ਦਾ ਖਾਲਸਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਮੀਰੀ ਪੀਰੀ ਸਪੋਰਟਸ ਕਲੱਬ ਦਾ ਖਿਡਾਰੀ ਸੁਲਤਾਨਵਿੰਡ ਦੀ ਧਰਤੀ ਅੱਜ ਕਹਿੰਦੇ ਹੋਮ ਗਰਾਊਂਡ ਦੇ ਵਿੱਚ ਕਬੱਡੀਆਂ ਪੈ ਰਹੀਆਂ ਲਾਓ ਸਾਹਮਣੇ ਨਹੀਂ ਰਿਸਾਂ ਐਂ ਕਹਿੰਦੇ ਨੌਜਵਾਨ ਨੇ ਘਾੜੀ ਦੀਆਂ ਚੂੜੀਆਂ ਟੈਟ ਕਰ ਦਿੱਤੀਆਂ ਜੋਵਨ ਕਹਿੰਦੇ ਕੈਂਚੀ ਕਰਕੇ ਬੈਠ ਗਿਆ ਨਹੀਂ ਰਿਸਾਂ ਨੌਜਵਾਨ ਐਨ ਛੋਟੀ ਉਮਰ ਤੇ ਵੱਡਾ ਜਫਾ ਲਾ ਦਿੱਤਾ ਜਰਨੈਲ ਭੁੱਲਰ ਪ੍ਰਧਾਨ ਸਾਹਿਬ ਵੀ ਤਾੜੀਆਂ ਮਾਰ ਰਹੇ ਆ ਵੀ ਨੌਜਵਾਨ ਨੇ ਐਨ ਵਧੀਆ ਜਫਾ ਲਾਇਆ ਦਿਲਬਾਗ ਘੜਿਆਲਾ ਜੀ ਵੱਡੀਆਂ ਜ਼ਿੰਮੇਵਾਰੀਆਂ ਲੱਖਾ ਭਲਵਾਨ ਚੋਲਾ ਸਾਹਿਬ ਦੀ ਧਰਤੀ ਦਾ ਤੇ ਨਾਲ ਨਿਸ਼ਾਨ ਗੱਗੋ ਬੂਏ ਦਾ ਉਧਰਲੇ ਪਾਸੇ
ਆਪਾਂ ਤੱਕਾਂਗੇ ਮੰਡ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਲਓ ਮੰਡ ਦੀ ਪੈਂਦੀ ਕਬੱਡੀ ਐਨ ਨੌਜਨ ਭੱਜਿਆ ਰਿਹਾ ਪਾ ਕਬੱਡੀ ਤੇ ਪੁਆਇੰਟ ਜੋੜ ਦਿੱਤਾ ਆਪਣੇ ਖਾਤੇ ਦੇ ਵਿੱਚ ਦਲਾਵਰ ਸੋਲ ਦੀ ਕਹਿੰਦੇ ਪੈਂਦੀ ਕਬੱਡੀ ਹੈ ਭਾਰਾ ਸਰੀਰ ਗਰਲਾਲ ਦਾ ਵੀ ਕਹਿੰਦੇ ਸੋਲ ਪਿੰਡ ਹੈ ਆਪਾਂ ਤੱਕਾਂਗੇ ਲਓ ਕਾਲੂ ਨੇ ਕਹਿੰਦੇ ਵੱਡੀ ਕੋਸ਼ਿਸ਼ ਕੀਤੀ ਹੈ ਪਰ ਲੱਖਾ ਭਲਵਾਨ ਨਹੀਂ ਮੰਨਦਾ ਐਨ ਸੁਰਤਾਲ ਦੇ ਵਿੱਚ ਵਿਸਲ ਵੱਜੀ ਹੈ ਕਿ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਕਦੇ ਤਵੀਆਂ ਤੇ ਕਦੇ ਛਵੀਆਂ ਤੇ www.malwatv.com ਦੇ ਉੱਤੇ ਅੱਜ ਦੁਨੀਆ ਭਰ ਦੇ ਵਿੱਚ ਲਾਈਵ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਕਬੱਡੀ ਕੱਪ ਦਾ ਵੱਡਾ ਧੰਨਵਾਦ ਹੈ malwatv.com ਸਾਡੇ ਵੀਰ ਪੁੱਜੇ ਹੈ ਸੁਲਤਾਨਵਿੰਡ ਦੀ ਧਰਤੀ ਤੇ ਪੈਂਦੀ ਕੱਲੀ ਕੱਲੀ ਕਬੱਡੀ ਅੱਜ ਦੁਨੀਆ ਭਰ ਦੇ ਵਿੱਚ ਦਿਖਾਈ ਜਾ ਰਹੀ ਹੈ ਚੱਲ ਵੀ ਨੌਜਵਾਨ ਪਾ ਕਬੱਡੀ ਪਿਆਰਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਇੱਕ ਪਿਆਰਾ ਕਹਿੰਦੇ ਬਲੇਰ ਖਾਂ ਦੀ ਧਰਤੀ ਦਾ ਸੁੱਕੇ ਘੁੱਗ ਸ਼ੋਰ ਦੀ ਟੀਮ ਦੇ ਲਈ ਧਾਵੇ ਬੋਲਦਾ ਇੱਕ ਆਹ ਪਿਆਰਾ ਲਓ ਦਿਲਪ੍ਰੀਤ ਨੇ ਕਹਿੰਦੇ ਵੱਡੀ ਕੋਸ਼ਿਸ਼ ਕੀਤੀ ਹੈ ਐਨ ਚੱਪਾ ਚੱਪਾ ਚਰਖਾ ਚੱਲਣ ਵਾਲੀ ਹੋਈ ਪਈ ਗੱਲ ਐਸਾ ਸੀਨੇ ਨਾਲ ਲਾਇਆ ਕਿ ਤਸੱਲੀ ਹੋ ਗਈ ਇਸ਼ਕੇ ਦੀ ਮਾਰੀ ਵੀ ਮੈਂ ਝੱਲੀ ਹੋ ਗਈ ਇਸ਼ਕੇ ਦੀ ਮਾਰੀ ਵੀ ਮੈਂ ਝੱਲੀ ਹੋ ਗਈ ਅਗਲੀ ਕਬੱਡੀ ਪਾਉਣੀ ਹੈ ਕਿਸ ਖਿਡਾਰੀ ਨੇ ਆਪਾਂ ਤੱਕਾਂਗੇ ਪਿੰਕੂ ਹੈ ਕਹਿੰਦੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਆਪਾਂ ਤੱਕਾਂਗੇ ਕਬੂਤਰ ਕਹਿੰਦੇ ਇਸ ਖਿਡਾਰੀ ਨੂੰ ਪਿੰਕੂ ਇੱਕ ਕਹਿੰਦੇ ਖਹਿਰਿਆਂ ਦੀ ਧਰਤੀ ਦਾ ਇੱਕ ਆਹ ਨੌਜਵਾਨ ਹੈ ਪਿੰਕੂ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਲਓ ਪਿੰਕੂ ਦੀ ਕਹਿੰਦੇ ਪੈਂਦੀ ਕਬੱਡੀ ਚਾਰ ਜਾਫੀ ਗੁਰੂ ਦਾ ਖਾਲਸਾ ਐਨ ਕਹਿੰਦੇ ਦਾ ਮਾਰ ਭਲਵਾਨੀ ਰੇਡਰ ਦੂਰੇ ਕਰ ਦਿੰਦਾ ਪਲ ਦੇ ਵਿੱਚ ਹੀ ਘਟਦੇ ਨੰਬਰ ਪੂਰੇ ਕਰ ਦਿੰਦਾ ਗੁਰੂ ਦੇ ਖਾਲਸੇ ਨੇ ਕਹਿੰਦੇ ਸਿਰੇ ਦਾ ਜਾਫਾ ਭਰਿਆ ਤੇ ਪੁਆਇੰਟ ਜੁੜ ਗਿਆ ਕਹਿੰਦੇ ਜਾਫੀ ਦੇ ਖਾਤੇ ਦੇ ਵਿੱਚ ਆਪਾਂ ਤੱਕਾਂਗੇ ਅਰਸ਼ ਕਬੱਡੀ ਪਾਉਣ ਦੇ ਲਈ ਵਾਧਾ ਗੁਰੂ ਦਾ ਖਾਲਸਾ ਸਿੱਖੀ ਸਰੂਪ ਦੇ ਵਿੱਚ ਅਰਸ਼ ਦੀ ਪੈਂਦੀ ਕਬੱਡੀ ਹੈ ਲਓ ਅਰਸ਼ ਕਬੱਡੀ ਪਾਉਣ ਦੇ ਲਈ ਵਾਧਾ ਇਧਰਲੇ ਪਾਸੇ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਕਾਲੂ ਕਹਿੰਦੇ ਐਨ ਤਕੜਾ ਜਿਹਾ ਖੇਡ ਮੈਦਾਨ ਦੇ ਵਿੱਚ ਲਾ ਪਾਊ ਕਿ ਨਹੀਂ ਮਿੱਤਰੋ ਆਪਾਂ ਤੱਕਾਂਗੇ ਪੁਆਇੰਟ ਕਹਿੰਦੇ ਕਾਲੂ ਨੇ ਆਪਣੇ ਖਾਤੇ ਵਿੱਚ ਜੋੜ ਦਿੱਤਾ ਸੁਲਤਾਨਵਿੰਡ ਪਿੰਡ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਿਆ ਇੱਕ ਲੱਖਾਂ ਜਿਹਾ ਅੰਕ ਧੁੰਮਾਂ ਪੈ ਗਈਆਂ ਲਾਹੌਰ ਵਿੱਚ ਸਾਰੇ ਲੱਦੀ ਨੇ ਜਦੋਂ ਦੁੱਲਾ ਜੰਮਿਆ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਲੱਦੀ ਨੇ ਜਦੋਂ ਦੁੱਲਾ ਜੰਮਿਆ ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ ਲਓ ਸਾਹਮਣੇ ਨਹੀਂ ਰਿਸਾਂ ਐਨ ਕਹਿੰਦੇ ਭਾਰਾ ਸਰੀਰ ਸੁਲਤਾਨ ਹੈ ਮੇਰੇ ਵੀਰ ਨੌਜਵਾਨ ਨੇ ਬੜੀ ਤਕੜੀ ਕੋਸ਼ਿਸ਼ ਕੀਤੀ ਹੈ ਸੁਲਤਾਨ ਇਸ ਸਮੇਂ ਭਰ ਜਹਾ ਤੇ ਪੁਆਇੰਟ ਜੋੜ ਕੇ ਆਪਣੇ ਖਾਤੇ ਦੇ ਵਿੱਚ ਅਗਲੀ ਕਬੱਡੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਸੁਖਰਾਜ ਸਿੰਘ ਕਬੱਡੀ ਪਾਊਗਾ ਸੁਖਰਾਜ ਦੀ ਕਹਿੰਦੇ ਪੈਂਦੀ ਕਬੱਡੀ ਹੈ ਚਾਰ ਜਾਫੀਆਂ ਦੇ ਉੱਤੇ ਸੁਖਰਾਜ ਐਨ ਹਲਕੇ ਹਲਕੇ ਪੁੜਦਾ ਕਦਮ ਚਾਰੋ ਜਾਫੀ ਕਹਿੰਦੇ ਸਿਰੇ ਦੇ ਹੈ ਹੁਣ ਮੁਕਾਬਲਾ ਕਿਹਦੇ ਨਾਲ ਹੋਣਾ ਆਪਾਂ ਤੱਕਾਂਗੇ ਅੱਜ ਸੱਜਰੀ ਵਿਆਹੀ ਦੁਲਣ ਦੀ ਤਰ੍ਹਾਂ ਸ਼ਿੰਗਾਰੀ ਗਰਾਊਂਡ ਲਓ ਕਾਲੂ ਕਹਿੰਦੇ ਲਗਾਤਾਰ ਕੋਸ਼ਾਂ ਕਰ ਰਿਹਾ ਆਪਾਂ ਤੱਕਾਂਗੇ ਪਹਿਲਾਂ ਵੀ ਕਾਲੂ ਨੇ ਇੱਕ ਸਿਰੇ ਦਾ ਜਾਫਾ ਭਰਿਆ ਹੁਣ ਫਿਰ ਇੱਕ ਤਕੜੇ ਅੰਕ ਦੀ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਚੱਲ ਵੀ ਨੌਜਵਾਨ ਪਾ ਕਬੱਡੀ ਗੱਭਰੂ ਆ ਬੱਬੂ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਗਿੱਲ ਪਰਿਵਾਰ ਦਾ ਖਿਡਾਰੀ ਆਪਾਂ ਤੱਕਾਂਗੇ ਬੱਬੂ ਦੀ ਪੈਂਦੀ ਕਬੱਡੀ ਉੱਡਦੀ ਮਾਂ ਮਿੱਟੀ ਦੀ ਧੂੜ ਉੱਡਦੀ ਧੂੜ ਦਿਸਦੀ ਬੋਤਾ ਵੀਰ ਦਾ ਨਜ਼ਰ ਨਹੀਂ ਆਉਂਦਾ ਲਾ ਬੱਬੂ ਦੀ ਕਹਿੰਦੇ ਪੈਂਦੀ ਕਬੱਡੀ ਨਿਸ਼ਾਨ ਘਰਿਆਲਾ ਸਾਡਾ ਵੀਰ ਵਿਸਲਾ ਮਾਰਦਾ ਕਿ ਪੁਆਇੰਟ ਧਾਵੀ ਦੇ ਖਾਤੇ ਜੁੜ ਗਿਆ ਪਹਿਲੇ ਮੁਕਾਬਲੇ ਦੇ ਲਈ ਸੁਲਤਾਨਵਿੰਡ ਵਰਸਜ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ ਟੀਮਾਂ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀਆਂ ਕਰ ਤਿਆਰੀ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ ਪਹਿਲੇ ਮੈਚ ਦੇ ਲਈ ਜਸਵਿੰਦਰ ਕਲਸੀ ਤੇ ਨਾਲ ਸੁਲਤਾਨਵਿੰਡ ਦਾ ਮੁਕਾਬਲਾ ਹੋਊਗਾ ਲਓ ਮੁਕਾਬਲਾ ਕਹਿੰਦੇ ਆਹ ਵੀ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਖੇਡਿਆ ਜਾ ਰਿਹਾ ਗੁਰੂ ਦਾ ਖਾਲਸਾ ਐਨ ਕਹਿੰਦੇ ਸਿੰਘ ਨੂੰ ਸਿੰਘ ਦਾ ਜਹਾ ਜਗਮੋਹਨ ਸਿੰਘ ਹੈ ਨੌਜਵਾਨ ਨੇ ਕਹਿੰਦੇ ਜਹਾ ਲਾਇਆ ਇੱਕ ਜਗਮੋਹਨ ਕਹਿੰਦੇ ਮੱਖਣ ਮੱਖੀ ਦਾ ਨਾਂ ਵੀ ਜਗਮੋਹਨ ਹੈ ਆਹ ਪਲੇਅਰ ਜਿਹਨੇ ਹੁਣ ਜਹਾ ਲਾਇਆ ਇਹ ਖਿਡਾਰੀ ਦਾ ਨਾਂ ਵੀ ਜਗਮੋਹਨ ਸਿੰਘ ਹੈ ਮੰਡ ਫਿਰ ਤੋਂ ਕਬੱਡੀ ਪਾਉਣ ਦੇ ਲਈ ਵਾਧਾ ਲਓ ਮੰਡ ਦੀ ਕਹਿੰਦੇ ਪੈਂਦੀ ਕਬੱਡੀ ਹੈ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛਿਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ
ਮਨੀ ਨੇ ਕਹਿੰਦੇ ਸਿਰੇ ਦਾ ਜੱਫਾ ਲਾਇਆ ਇਹ ਹੈ ਮਨੀ ਗੁਰੂ ਦਾ ਖਾਲਸਾ ਖੇਡ ਮੈਦਾਨ ਦੇ ਵਿੱਚ ਐਨ ਤਕੜੇ ਅੰਕ ਦਾ ਵਾਧਾ ਕਰ ਗਿਆ ਲਓ 16 ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ 16 ਨੌਜਵਾਨ ਦੀ ਕਹਿੰਦੇ ਪੈਂਦੀ ਕਬੱਡੀ ਹੈ ਨੀਲੇ ਰੰਗ ਦੀ ਪਾਈ ਹੋਈ ਨਿੱਕਰ ਗੁੰਦੇ ਪੱਟਾ ਤਾਂ ਜਚੇ ਹਰ ਤਰ੍ਹਾਂ ਦਾ ਕਸ਼ਾ ਕਿਤੇ ਚੱਲੇ ਤਕਨੀਕ ਕਿਤੇ ਚੱਲਦਾ ਹੈ ਤੱਕਾ ਕਰਦਾ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ ਲਾਓ ਸਾਹਮਣੇ ਦੇਖੋ 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 ਖੇਡ ਮੈਦਾਨ ਦੇ ਵਿੱਚ ਆਪਾਂ ਤੱਕਾਂਗੇ ਤਾੜੀਆਂ ਕਹਿੰਦੇ ਵੱਜ ਰਹੀਆਂ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਮੁਕਾਬਲਾ ਖੇਡ ਕਰਾਉਣ ਦੇ ਵਿੱਚ ਐਨ ਕਹਿੰਦੇ ਉੱਚ ਕੋਟੀ ਦਾ ਖੇਡਿਆ ਜਾ ਰਿਹਾ ਮਾਝਾ ਖਾਲਸਾ ਘਰਿਆਲਾ ਤੇ ਨਾਲ ਸੁਲਤਾਨਵਿੰਡ ਮੀਰੀ ਪੀਰੀ ਸਪੋਰਟਸ ਕਲੱਬ ਦੀ ਟੀਮ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀ ਹੈ ਉਹ ਟੀਮ ਦੇ ਲਈ ਚੰਦ ਆਵਾਜ਼ਾਂ ਨੇ ਚੰਦ ਮੈਸੇਜ ਨੇ ਵੀ ਟੀਮਾਂ ਕਰ ਤਿਆਰੀ ਖੇਡ ਮੈਦਾਨ ਦੇ ਵਿੱਚ ਪੁੱਜਣ ਦੋਨਾਂ ਟੀਮਾਂ ਦੇ ਦਰਮਿਆਨ ਪਹਿਲੇ ਮੈਚ ਦੀ ਸ਼ੁਰੂਆਤ ਅੱਜ ਦੇ ਇਸ ਕਬੱਡੀ ਕੱਪ ਦੀ ਹੋਊਗੀ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਪ੍ਰਬੰਧਕ ਵੀਰਾਂ ਦਾ ਮੁਬਾਰਕਬਾਦ ਹੈ ਵੀ 17ਵਾਂ ਕਬੱਡੀ ਦਾ ਕੱਪ ਸੁਲਤਾਨਵਿੰਡ ਦੀ ਧਰਤੀ ਤੇ ਅੱਜ ਐਨ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਚੁੱਕਿਆ ਤੇ ਪਹਿਲਾ ਮੈਚ ਖੇਡਿਆ ਜਾ ਰਿਹਾ ਖੇਡ ਗਰਾਊਂਡ ਦੇ ਵਿੱਚ ਚੱਲ ਵੀ ਨੌਜਵਾਨਾ ਪਾ ਕਬੱਡੀ ਸਿਰ ਤੇ ਜੂੜਾ ਤੇ ਜੂੜੇ ਤੇ ਬੰਨਿਆ ਰੁਮਾਲ ਹੈ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਕਬੱਡੀ ਭਾ ਰਿਹਾ ਹੈ ਉੱਚਾ ਲੰਮਾ ਕੱਦ ਇੱਕ ਉੱਚਾ ਲੰਮਾ ਗੱਭਰੂ ਦੀ ਉੱਚੀ ਲੰਮੀ ਹੇਕ ਆ ਹੜਨੀ ਮਾਏ ਪੂਣੀਆਂ ਮੈਨੂੰ ਮੁੰਡਾ ਲੈਣ ਦੇ ਵੇਖ ਲਾਓ ਸਾਹਮਣੇ ਐਨ ਗੱਭਰੂ ਕਹਿੰਦੇ ਧੰਨ ਧੰਨ ਕਰਵਾ ਰਿਹਾ ਪੁਆਇੰਟ ਧਾਵੀ ਦੇ ਖਾਤੇ ਵੀ ਜੁੜ ਗਿਆ ਐਨ ਗੱਭਰੂ ਨੇ ਕਹਿੰਦੇ ਲੱਗਿਆ ਜ਼ੋਰ ਤੇ ਪੁਆਇੰਟ ਧਾਵੀ ਦੇ ਖਾਤੇ ਵੀ ਜੁੜ ਗਿਆ ਚੱਲ ਵੀ ਨੌਜਵਾਨ ਪਾ ਕਬੱਡੀ ਗੱਭਰੂ ਆ ਲਾਓ ਉੱਚੇ ਲੰਮੇ ਕੱਦ ਵਿੱਚ ਫਿਰ ਤੋਂ ਕਬੱਡੀ ਗੁਰੂ ਦੇ ਖਾਲਸੇ ਨੇ ਪਾ ਦਿੱਤੀ ਹੈ ਆਪਾਂ ਤੱਕਾਂਗੇ ਇੱਕ ਸਾਈਡ ਤੇ ਹੜਿਆ ਨਿਉਕੇ ਗਿੱਟਾ ਐਨ ਲੱਗਿਆ ਜ਼ੋਰ ਪੁੱਠੀ ਕਹਿੰਦੇ ਪੈ ਚੁੱਕੀ ਹੈ ਸਾਡੇ ਦੰਦ ਚੀਣ ਦੀ ਕੰਧ ਜੀ ਮਜ਼ਬੂਤੀ ਨਹੀਂ ਜਦ ਪੁੱਠੀ ਪੈ ਜੇ ਰੇਡਰ ਨੂੰ ਤਾਂ ਵੱਧ ਕੀ ਗੱਲ ਕਸੂਤੀ ਨਹੀਂ ਇਹ ਆ ਜਗਰੂਪ ਨੌਜਵਾਨ ਜਿਹਨੇ ਹੁਣ ਜੱਫਾ ਲਾਇਆ ਚੱਲ ਵੀ ਨੌਜਵਾਨ ਪਾ ਕਬੱਡੀ ਗੱਭਰੂ ਆ ਸਾਹਿਲ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਲਾਓ ਸਾਹਮਣੇ ਸਾਹਿਲ ਦੀ ਪੈਂਦੀ ਕਬੱਡੀ ਕਿ ਗਿੱਦੜੀ ਜਨਮ ਦਿੰਦੀ ਹਮੇਸ਼ਾ ਗਿੱਦੜਾਂ ਨੂੰ ਕਰ ਸ਼ੇਰ ਨਹੀਂ ਸਕਦੀ ਸ਼ੇਰ ਪੈਦਾ ਜਿਸ ਜ਼ਮੀਨ ਦੇ ਵਿੱਚ ਕਹਿੰਦੇ ਸਿੱਲ ਹੋਵੇ ਫਸਲ ਹੁੰਦੀ ਆ ਉੱਥੇ ਢੇਰ ਪੈਦਾ ਜਿਹਨਾਂ ਮਾਪਿਆਂ ਕੀਤੀ ਹੋਵੇ ਤਪੱਸਿਆ ਪੁੱਤ ਉਹਨਾਂ ਦੇ ਘਰੇ ਹੁੰਦੇ ਪਲੇਅਰ ਪੈਦਾ ਜਿਹਨਾਂ ਮਾਪਿਆਂ ਕੀਤੀ ਹੋਵੇ ਤਪੱਸਿਆ ਪੁੱਤ ਉਹਨਾਂ ਦੇ ਘਰੇ ਹੁੰਦੇ ਪਲੇਅਰ ਪੈਦਾ ਅਨੰਤ ਸੰਧੂ ਨੇ ਕਹਿੰਦੇ ਜੱਫਾ ਲਾਇਆ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨ ਪਾ ਕਬੱਡੀ ਗੱਭਰੂ ਆ ਸਖਰਾਜ ਸਿੰਘ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਸੋਹਣਾ ਸਾਂਭਿਆ ਸਰੀਰ ਪੀਲੇ ਰੰਗ ਦੀ ਕਹਿੰਦੇ ਪਾਈ ਹੋਈ ਨਿੱਕਰ ਚਾਰ ਜੱਫੀ ਹੈ ਆਪਾਂ ਤੱਕਾਂਗੇ ਸੁਲਤਾਨਵਿੰਡ ਪਿੰਡ ਦੇ ਚਾਰ ਜੱਫੀਆਂ ਤੇ ਪੈਂਦੀ ਕਬੱਡੀ ਚਾਰਾਂ ਦੇ ਉੱਤੇ ਨੌਜਵਾਨ ਐਨ ਬੋਲਿਆ ਧਾਵਾ ਕਬੱਡੀ ਦੀ ਹੁਣ ਦੋਨਾਂ ਟੀਮਾਂ ਨੂੰ ਕਾਲ ਹੈ ਸੁਲਤਾਨਵਿੰਡ ਮੀਰੀ ਪੀਰੀ ਸਪੋਰਟਸ ਕਲੱਬ ਤੇ ਨਾਲ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ ਜਸਿੰਦਰ ਕਲਸੀ ਸਾਡਾ ਵੀਰ ਮਹਾਂਪੁਰਸ਼ਾਂ ਦੀ ਟੀਮ ਹੈ ਪਹਿਲਾ ਮੈਚ ਜਿਹੜੇ ਖੇਡੂਗੀ ਦੂਸਰਾ ਮੁਕਾਬਲਾ ਸ਼ਹੀਦ ਭਾਈ ਲਖਵੀਰ ਸਿੰਘ ਜੀ ਕਬੱਡੀ ਅਕੈਡਮੀ ਘਰਿਆਲਾ ਉਹ ਵੀ ਟੀਮ ਮਹਾਂਪੁਰਸ਼ਾਂ ਦੀ ਹੈ ਤੇ ਖੇਡੂਗੀ ਮੁਕਾਬਲਾ ਤੋਤਾ ਸਿੰਘ ਵਾਲੇ ਦੇ ਨਾਲ ਡੀ ਪੀ ਸਾਹਿਬ ਨੇ ਪੁੱਜੇ ਆ ਟੀਮ ਨੂੰ ਲੈ ਕੇ ਪਹਿਲੇ ਮੈਚ ਦੇ ਲਈ ਸੁਲਤਾਨਵਿੰਡ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲੇ ਦੀਆਂ ਟੀਮਾਂ ਪੁੱਜਣ ਲਾਓ 16 ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਚਾਰ ਜੱਫੀ ਹੈ ਕਿ ਮੈਂ ਹਾਂ ਪੁੱਤ ਪੰਜਾਬੀ ਮਾਂ ਦਾ ਸਿੱਕਾ ਚੱਲਦਾ ਮੇਰੇ ਨਾਂ ਦਾ ਹੁਣ ਤਰੀਫਾਂ ਨੇ ਬੜੀਆਂ ਮਾੜੇ ਕੰਮ ਕਦੇ ਨਾ ਕੀਤੇ ਤਾਂ ਹੀ ਗੁੱਡੀਆਂ ਨੇ ਚੜੀਆਂ ਲਾਓ ਸਾਹਮਣੇ ਐਨ ਮਿੰਟੂ ਕਹਿੰਦੇ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਜੱਫਾ ਲਾਉਣ ਦੀ ਗੱਲ ਕਰਦਾ ਤੇ ਪੁਆਇੰਟ ਜਾਫੀ ਦੇ ਖਾਤੇ ਜੁੜ ਗਿਆ ਇਹ ਹੈ ਮਿੰਟੂ ਨਾਜਨ ਐਨ ਤਕੜਾ ਜੱਫਾ ਜਿਹੜਾ ਖੇਡ ਮੈਦਾਨ ਦੇ ਵਿੱਚ ਲਾ ਗਿਆ ਚੱਲ ਵੀ ਗੱਭਰੂ ਆ ਪਾ ਕਬੱਡੀ ਐਨ ਨਵਾਂ ਨਕੋਰ ਜਿਹਾ ਮੁੰਡਾ ਕਬੱਡੀ ਪਾਉਣ ਦੇ ਲਈ ਵਾਧਾ ਹੈ ਆਪਾਂ ਤੱਕਾਂਗੇ ਨੌਜਵਾਨ ਗੱਭਰੂ ਦੀ ਕਹਿੰਦੇ ਪੈਂਦੀ ਕਬੱਡੀ ਹੈ ਲਾਓ ਮੰਡ ਖੇਡ ਮੈਦਾਨ ਦੇ ਵਿੱਚ ਕਬੱਡੀ ਭਾ ਰਿਹਾ ਇਧਰਲੇ ਪਾਸੇ ਦੇਖੋ ਦੇਖੋ ਕੈਂਚੀ ਕਹਿੰਦੇ ਲੱਗ ਚੁੱਕੀ ਹੈ ਮੇਰੇ ਵੀਰ ਸੁਲਤਾਨ ਕਹਿੰਦੇ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਜੱਫਾ ਲਾ ਗਿਆ ਨਹੀਂ ਉਹ ਰੀਸਾਂ ਸੁਲਤਾਨ
ਪਹਿਲਾਂ ਵੀ ਨੌਜਵਾਨ ਨੇ ਤਕੜੀ ਕੋਸ਼ਿਸ਼ ਕੀਤੀ ਐਂਡ ਸਫਲਤਾ ਕਹਿੰਦੇ ਕਦਮ ਚੁੰਮਦੀ ਹੈ। ਸੁਲਤਾਨ ਹੈ ਸਾਡਾ ਵੀਰ, ਖੇਡ ਮੈਦਾਨ ਦੇ ਵਿੱਚ ਜਫਾ ਲਾ ਗਿਆ, ਧੰਨ ਧੰਨ ਕਰਵਾ ਦਿੱਤੀ ਹੈ ਨੌਜਵਾਨ ਨੇ। ਚਾਰ ਜਫਿਆਂ ਦੇ ਉੱਤੇ ਫਿਰ ਤੋਂ ਧਾਵਾ, ਕਹਿੰਦੇ ਮੀਰੀ ਪੀਰੀ ਸਪੋਰਟਸ ਕਲੱਬ ਦਾ ਖਿਡਾਰੀ ਕਹਿੰਦੇ ਬੋਲ ਚੁੱਕਿਆ ਹੈ। ਮੀਰੀ ਪੀਰੀ ਸਪੋਰਟਸ ਕਲੱਬ ਖਿਡਾਰੀ ਦੀ ਕਹਿੰਦੇ ਪੈਂਦੀ ਕਬੱਡੀ ਲਾ ਐਂਡ ਕਹਿੰਦੇ ਖਿੱਚ ਕੇ ਲਾਇਆ ਸੀਨੇ ਦੇ ਨਾਲ, ਦਿਲਪ੍ਰੀਤ ਨਾਲ ਮੁਕਾਬਲਾ ਹੋਇਆ। ਸਾਡੇ ਸਰਦਾਰ ਜਰਮਨ ਸਿੰਘ ਜੀ ਪਾਠ ਪੁੱਜੇ ਆ ਆਪਣੇ ਸੱਜਣਾ ਮਿੱਤਰਾਂ ਸਮੇਤ। ਧੰਨਵਾਦ ਹੈ ਸਾਡੇ ਸਰਦਾਰ ਜਰਮਨ ਸਿੰਘ ਜੀ ਪਾਠ ਆਪਣੇ ਸੱਜਣਾ ਮਿੱਤਰਾਂ ਸਮੇਤ ਪੁੱਜੇ ਹੈ, ਵੱਡਾ ਧੰਨਵਾਦ ਕਰਾਂਗੇ ਅੱਜ ਇਸ ਧਰਤੀ ਤੇ ਪੁੱਜਣ ਤੇ। ਲਾਓ ਨਹੀਂ ਰਿਸਾਂ ਕਮਾਲ, ਕਬੱਡੀ ਦੇ ਖੇਡ ਗਰਾਊਂਡ ਤੋਂ ਰੋ ਰਹੀ ਹੈ ਐਨ ਕਹਿੰਦੇ ਨੌਜਵਾਨ ਦਾ ਗੱਡਾ ਜਿਹੜਾ ਡਹੀਆਂ ਤੇ ਕਰ ਦਿੱਤਾ, ਬੱਲੇ ਬੱਲੇ ਪੱਲੇ ਪੱਲੇ ਹੁਰ ਹੁਰ ਹੁਰ। ਲਾ ਨਹੀਂ ਰਿਸਾਂ ਨੌਜਵਾਨਾਂ, ਹਿੰਮਤ ਨੇ ਕਹਿੰਦੇ ਯਹਾ ਲਾ, ਲੱਖਾਂ ਜਾਂ ਪੁਆਇੰਟ ਆਪਣੇ ਖਾਤੇ ਜੋੜ ਦਿੱਤਾ। ਇਹ ਹੈ ਹਿੰਮਤ ਨੌਜਵਾਨ, ਆਪਾਂ ਤੱਕਾਂਗੇ ਖੇਡ ਗਰਾਊਂਡ ਦੇ ਵਿੱਚ। ਤਕੜੇ ਮੈਚ ਦੀ ਸ਼ੁਰੂਆਤ ਜਿਹੜੀ ਖੇਡ ਮੈਦਾਨ ਦੇ ਵਿੱਚ ਹੋ ਚੁੱਕੀ ਹੈ। ਉਧਰਲੇ ਪਾਸੇ ਪੁੱਜੀਆਂ ਸ਼ਖਸੀਤਾਂ ਦਾ ਵੀ ਧੰਨਵਾਦ ਹੈ, ਜਰਨੈਲ ਸਿੰਘ ਜੀ ਭੁੱਲਰ ਤੇ ਦਿਲਬਾਗ ਸਿੰਘ ਜੀ ਘਰਿਆਲਾ, ਵੱਡੀ ਮੁਬਾਰਕਬਾਦ ਹੈ ਇਹਨਾਂ ਭਰਾਵਾਂ ਨੂੰ ਵੀ 17ਵਾਂ ਕਬੱਡੀ ਦਾ ਕੱਪ ਅੱਜ ਇਸ ਧਰਤੀ ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ। ਲਓ ਦੇਖੋ ਕਹਿੰਦੇ ਪਹਿਲੇ ਮੈਚ ਦੀ ਸ਼ੁਰੂਆਤ, ਦੋਨੋਂ ਟੀਮਾਂ ਕਹਿੰਦੇ ਘਰ ਦੀਆਂ ਟੀਮਾਂ, ਇੱਕ ਮੀਰੀ ਪੀਰੀ ਸਪੋਰਟਸ ਕਲੱਬ ਸੁਲਤਾਨਵਿੰਡ ਦੀ ਟੀਮ ਹੈ, ਇੱਕ ਕਹਿੰਦੇ ਸੁਲਤਾਨਵਿੰਡ ਪਿੰਡ ਦੀ ਟੀਮ ਹੈ। ਦੋਨਾਂ ਟੀਮਾਂ ਦੇ ਦਰਮਿਆਨ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਸੁਖਰਾਜ ਸਿੰਘ ਕਹਿੰਦੇ ਕਬੱਡੀ ਪਾਉਣ ਦੇ ਲਈ ਵੱਧ ਹੈ, ਲਓ ਸੁਖਰਾਜ ਦੀ ਕਹਿੰਦੇ ਹੁਣ ਪੈਂਦੀ ਕਬੱਡੀ ਹੈ। ਮਾਝਾ ਖਾਲਸਾ ਘਰਿਆਲਾ ਤੇ ਨਾਲ ਸੁਲਤਾਨਵਿੰਡ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਕਰ ਤਿਆਰੀ, ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਸੁਖਰਾਜ ਸਿੰਘ ਕਬੱਡੀ ਪਾਉਣ ਦੇ ਲਈ ਵਾਧਾ ਹੈ। ਘੋੜਾ ਕਹਿੰਦੇ ਮੰਦਰਾਂ ਵੱਲ ਦਾ ਪੁੱਜਿਆ, ਨਾਲ ਸੋਨੂ ਟੰਬਾ ਕਹਿੰਦੇ ਪੁੱਠੀ ਬੜੀ ਨੌਜਵਾਨ ਪਾਉਂਦਾ ਐਨ ਕਹਿੰਦੇ ਮਹਾਰਤ ਹਾਸਲ ਹੈ। ਕਿਸੇ ਖਿਡਾਰੀ ਨੂੰ ਕਹਿੰਦੇ ਕੋਈ ਦਾ ਪੇਜ ਦੀ ਮਾਰਤ ਹੁੰਦੀ ਹੈ, ਸੋਨੂ ਕਹਿੰਦੇ ਨੌਜਵਾਨ ਅੱਖਾਂ ਮੀਟ ਕੇ ਵੀ ਪੁੱਠੀ ਪਾ ਦੇਣਾ ਤੇ ਜਹਾ ਕਹਿੰਦੇ ਲਾ ਦਿੰਦਾ। ਮੈਚ ਹਾਫ ਸਮਾਂ ਨਿਸ਼ਾਨ, ਕਿੰਨੇ ਕਿੰਨੇ ਪੁਆਇੰਟ ਹਾਫ ਸਮੇਂ ਦੇ ਵਿੱਚ ਹੋਏ ਆ ਦੋਨਾਂ ਟੀਮਾਂ ਦੇ। ਸੁਲਤਾਨਵਿੰਡ ਮੀਰੀ ਪੀਰੀ ਸਪੋਰਟਸ ਕਲੱਬ ਦੇ ਪੁਆਇੰਟ ਨੇ ਜੀ 13, ਸੁਲਤਾਨਵਿੰਡ ਪਿੰਡ ਦੇ ਪੁਆਇੰਟ ਨੇ 16, 16 ਤੇ 13 ਦਾ ਮੁਕਾਬਲਾ ਚੱਲ ਰਿਹਾ ਦੋਨਾਂ ਟੀਮਾਂ ਦੇ ਦਰਮਿਆਨ। ਹਾਫ ਸਮਾਂ ਵਾਟਰ ਬ੍ਰੇਕ ਹੈ, ਕੁਝ ਆਰਾਮ ਦੇ ਪਲ। ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ ਤੇ ਨਾਲ ਮੀਰੀ ਪੀਰੀ ਸਪੋਰਟਸ ਕਲੱਬ ਸੁਲਤਾਨਵਿੰਡ ਦੀਆਂ ਟੀਮਾਂ, ਦੋਨਾਂ ਦੇ ਖਿਡਾਰੀ ਜਿਹੜੇ ਖੇਡ ਮੈਦਾਨ ਦੇ ਵਿੱਚ ਪੁੱਜਦੇ ਜਾ ਰਹੇ ਹੈ ਕਿ ਆ ਗਏ ਨੇ ਜਵਾਨ, ਵੇਖੋ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਇਹਨਾਂ ਬਾਡੀਆਂ ਸ਼ਿੰਗਾਰੀਆਂ। ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ, ਉਹ ਕੌਡੀ ਤੋਂ ਹੀਰਾ ਬਣ ਜਾਵੇ, ਜਿਹਨੂੰ ਲੱਗ ਜਾਵੇ ਇਸ਼ਕ ਕਬੱਡੀ ਦਾ, ਉਹ ਕੌਡੀ ਤੋਂ ਹੀਰਾ ਬਣ ਜਾਵੇ, ਜਿਹਨੂੰ ਲੱਗ ਜਾਵੇ ਇਸ਼ਕ ਕਬੱਡੀ ਦਾ। ਅਗਲੀ ਕਬੱਡੀ ਪਾਉਣੀ ਹੈ ਕਿਸ ਖਿਡਾਰੀ ਨੇ ਖੇਡ ਮੈਦਾਨ ਦੇ ਵਿੱਚ। ਦੋਨੋਂ ਟੀਮਾਂ ਜਲਦੀ ਸੈੱਟ ਲਾਉਣਗੀਆਂ, ਦੋਨਾਂ ਟੀਮਾਂ ਦੇ ਦਰਮਿਆਨ ਜਲਦੀ ਮੁਕਾਬਲਾ ਜਿਹੜਾ ਸ਼ੁਰੂ ਹੋਗਾ, ਜਲਦੀ ਟੀਮਾਂ ਲਾਉਣ ਸੈੱਟ। ਇੱਕ ਤਕੜੇ ਮੈਚ ਦੀ ਸ਼ੁਰੂਆਤ ਐਨ ਦੇਖਣ ਨੂੰ ਮਿਲੂਗੀ ਦੋਨਾਂ ਟੀਮਾਂ ਦੇ ਦਰਮਿਆਨ। ਜਿਹੜੇ 3 ਵੇਟਰ ਪੁੱਜੇ ਆ ਸਾਡੇ ਕੋਲ, 3 ਵੇਟਰ ਸਾਡੇ ਵੀਰ ਭੁੱਲਰ ਸਾਹਿਬ ਦੇ ਨਾਲ ਰਾਬਤਾ ਕਾਇਮ ਕਰਨ ਜੀ ਮੇਨ ਸਟੇਜ ਦੇ ਉੱਤੇ। ਵੇਟਰ ਵੀਰਾਂ ਦੇ ਲਈ ਬੇਨਤੀ ਹੈ ਵੀ ਸਾਡੇ ਨਾਲ ਜਰਨੈਲ ਸਿੰਘ ਜੀ ਭੁੱਲਰ ਉਹਨਾਂ ਨੂੰ ਮਿਲਣ ਮੇਨ ਸਟੇਜ ਦੇ ਉੱਤੇ ਆ ਕੇ। ਲਓ ਸੁਖਰਾਜ ਸਿੰਘ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ, ਫਿਰ ਤੋਂ ਸੁਖਰਾਜ ਦੀ ਪੈਂਦੀ ਕਬੱਡੀ ਹੈ ਕਿ ਰਾਹ ਦੇ ਵਿੱਚ ਬੈਠੀ ਹੋਣੀ ਜਾਣ ਕੇ, ਦੁੱਲੇ ਆਵੇ ਟੋਕਰਾ ਚਕਾਈ ਆਣ ਕੇ, ਦੁੱਲੇ ਆਵੇ ਟੋਕਰਾ ਚਕਾਈ ਆਣ ਕੇ। ਪੁਆਇੰਟ ਧਾਵੀ ਦੇ ਖਾਤੇ ਜੁੜ ਗਿਆ ਸੁਖਰਾਜ ਸਿੰਘ, ਐਨ ਸਿਰੇ ਦੀ ਟੱਕਰ ਹੈ। 14 ਤੇ 17 ਜਿਹੜੇ ਹੋ ਚੁੱਕੇ ਆ ਦੋਨਾਂ ਟੀਮਾਂ ਦੇ ਦਰਮਿਆਨ, ਵਧੀਆ ਇੱਕ ਮੁਕਾਬਲਾ। ਪਹਿਲੇ ਮੈਚ ਦੇ ਵਿੱਚ ਪੂਰੀ ਤੋਂ ਤੋਂ ਮੈਂ ਮਾਉਣ ਵਾਲੀ ਗੱਲ ਹੈ। ਮਾਝਾ ਖਾਲਸਾ ਘਰਿਆਲਾ ਤੇ ਨਾਲ ਸੁਲਤਾਨਵਿੰਡ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਪੁੱਜਣਗੀਆਂ ਜਲਦੀ,
ਪਰ ਇਧਰਲੇ ਪਾਸੇ ਡਬਲ ਟੈਗ ਦੇ ਇਸ਼ਾਰੇ ਹੈ ਐਨ ਡਬਲ ਟੈਗ ਦੇ ਇਸ਼ਾਰੇ ਤੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ। ਅਗਲੀ ਕਬੱਡੀ ਲਾ ਨੌਜਨ ਸੋਲ ਪਾਉਣ ਦੇ ਲਈ ਵਾਧਾ ਹੈ। ਆਪਾਂ ਤੱਕਾਂਗੇ ਖੇਡ ਮੈਦਾਨ ਦੇ ਵਿੱਚ। ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ, ਜਸਵਿੰਦਰ ਕਲਸੀ ਜੀ ਜਿੱਥੇ ਮੇਰੀ ਆਵਾਜ਼ ਨੂੰ ਸੁਣਦੇ ਹੈ, ਜਲਦੀ ਟੀਮ ਜਿਹੜੀ ਪੁੱਜੂਗੀ ਖੇਡ ਗਰਾਊਂਡ ਦੇ ਵਿੱਚ। ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ, ਸੁਲਤਾਨਵਿੰਡ ਮੀਰੀ ਪੀਰੀ ਸਪੋਰਟਸ ਕਲੱਬ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ, ਕਾਲ ਹੈ ਹੁਣ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲੇ ਦੇ ਲਈ। ਅਗਲੀ ਕਬੱਡੀ ਕਿਸ ਖਿਡਾਰੀ ਨੇ ਪਾਉਣੀ ਹੈ, ਆਪਾਂ ਤੱਕਾਂਗੇ ਖੇਡ ਗਰਾਊਂਡ ਦੇ ਵਿੱਚ। ਅੱਜ ਸੁਲਤਾਨਵਿੰਡ ਦੀ ਧਰਤੀ ਸ੍ਰੀ ਅੰਮ੍ਰਿਤਸਰ ਸ਼ਹਿਰ, ਕਹਿੰਦੇ ਅੰਮ੍ਰਿਤਸਰ ਵੱਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਬਈ, ਹਰੀਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ, ਹਰੀਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗਿਆ ਜ਼ੋਰ, ਲੰਮੀ ਭਾਜ ਕਿ ਖਾਲੀ ਕੋੜੀ ਹਿਣਕਦੀ ਉੱਤੇ ਨਹੀਂ ਦੀਦਾ ਵੀਰ, ਭੈਣ ਉਡੀਕਾਂ ਕਰੇ ਮਿਰਜਿਆ ਕੌਣ ਬਣਾਵੇ ਧੀਰ, ਭੈਣ ਉਡੀਕਾਂ ਕਰੇ ਮਿਰਜਿਆ ਕੌਣ ਬਣਾਵੇ ਧੀਰ। ਲਓ ਨਹੀਂ ਰੀ ਕਮਾਲ ਹੈ ਕਬੱਡੀ ਦੀ ਖੇਡ ਗਰਾਊਂਡ ਅੰਦਰ। ਐਨ ਨੌਜਵਾਨ ਦਾ ਕਹਿੰਦੇ ਪਤਲਾ ਪਤੰਗ ਜਿਹਾ ਸਰੀਰ, ਕਿ ਪਤਲਾ ਜਿਹਾ ਸਰੀਰ ਮੁੰਡੇ ਦਾ ਰਬੜ ਵਾਂਗ ਲਚਕੀਲਾ ਹੈ, ਰੇਡਾਂ ਪਾਉਂਦਾ ਤੁਰਾ ਤੁਰਦਾ ਤੁਰੇ ਜੋ ਨਾਂਗ ਨਸ਼ੀਲਾ ਹੈ, ਪਰ ਐਨ ਸਿਰੇ ਦਾ ਜਿਹਾ ਹੱਲ ਆਇਆ। ਪਤਲੇ ਪਤੰਗ ਖਿਡਾਰੀ ਨੇ, ਚੱਲ ਵੀ ਗੱਭਰੂਆ ਪਾ ਕਬੱਡੀ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਲਈ ਸੱਤ ਵਾਰੇ, ਸੱਤ ਵਾਰ ਕੇ ਕਹਿਣਾ ਭਾਣਾ ਮਿੱਠਾ ਲਾਗੇ ਤੇਰਾ, ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ। ਲਓ ਇੱਧਰਲੇ ਪਾਸੇ ਐਨ ਖਾਲਸੇ ਨਾਲ ਖਾਲਸੇ ਦੀ ਟੱਕਰ ਹੋਈ ਹੈ ਅਤੇ ਪੁਆਇੰਟ ਜੁੜ ਗਿਆ ਕਹਿੰਦੇ ਯਾਹੀ ਦੇ ਖਾਤੇ ਦੇ ਵਿੱਚ। ਅਗਲੀ ਕਬੱਡੀ ਸਿੱਖ ਸਰਦਾਰ ਗੱਭਰੂ ਫਿਰ ਤੋਂ ਪਾਉਣ ਦੇ ਲਈ ਵਾਧਾ ਹੈ। ਆਪਾਂ ਤੱਕਾਂਗੇ ਗੋਰਾ ਨਿਸ਼ੋਰ ਰੰਗ, ਜਸਵਿੰਦਰ ਕਲਸੀ ਸਾਡਾ ਵੀਰ, ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲੇ ਦੀ ਟੀਮ ਨੂੰ ਕਰ ਤਿਆਰ, ਖੇਡ ਮੈਦਾਨ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰੇ। ਆਹ ਮੁਕਾਬਲਾ ਜਿਹੜਾ ਸਮਾਪਤੀ ਵੱਲ ਨੂੰ ਵਧਦਾ ਜਾ ਰਿਹਾ, ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦੀ ਹੈ ਟੀਮ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲਾ, ਉਹ ਟੀਮ ਜਲਦੀ ਵੱਟ ਤਿਆਰੀ ਖੇਡ ਮੈਦਾਨ ਦੇ ਵਿੱਚ ਪੁੱਜੂਗੀ। ਅਗਲੀ ਕਬੱਡੀ ਨੌਜਨ ਫਿਰ ਤੋਂ ਉੱਚੇ ਲੰਮੇ ਕੱਦ ਵਿੱਚ ਪਾਉਣ ਦੇ ਲਈ ਵਾਧਾ ਹੈ। ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਆਪਾਂ ਤੱਕਾਂਗੇ ਕਿ ਹੁਣ ਕੌਣ ਨੌਜਨ ਨੂੰ ਅੱਗੇ ਵੱਧ ਡੱਕਣ ਦੀ ਕਰਦਾ ਗੱਲ। ਲਾਓ ਇੱਧਰਲੇ ਪਾਸੇ ਖੁੱਚ ਚੱਕ ਦਿੱਤੀ ਹੈ, ਬੜੀ ਔਖੀ ਹੁੰਦੀ ਹੈ ਕਬੱਡੀ ਵਿੱਚ ਖੁੱਚ ਚੁੱਕਣੀ ਅਤੇ ਲਾਉਣੀ ਢਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ। ਨਿਸ਼ਾਨ ਗੱਗੋ ਬੂਏ ਵਾਲਾ ਵਿਸਲ ਮਾਰਦਾ ਕਿ ਪੁਆਇੰਟ ਯਾਫੀ ਦੇ ਖਾਤੇ ਜੁੜ ਗਿਆ। ਸਾਡੇ ਸਰਦਾਰ ਗੁਰਬਖਸ਼ ਸਿੰਘ ਜੀ ਕੈਰੋਂ, ਨਾਲ ਸਾਡੇ ਸਰਦਾਰ ਜਰਮਨ ਸਿੰਘ ਜੀ ਬਾਠ, ਉਧਰਲੇ ਪਾਸੇ ਸਰਦਾਰ ਦਲਜੀਤ ਸਿੰਘ ਜੀ ਕੋਹਲੀ ਸਾਹਿਬ ਪੁੱਜੇ ਆ ਸਾਡੇ ਦਰਮਿਆਨ। ਆਪਾਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਘਰ ਸਾਡੇ ਆਏ, ਅਸੀਂ ਹੁੱਲੇ ਨਾ ਸਮਾਏ, ਸਾਡੇ ਵਿਹੜੇ ਤਰਸ਼ੀ ਹੁੱਲਿਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀਆਂ ਨੂੰ ਵੱਡਾ ਧੰਨਵਾਦ ਹੈ ਸਾਡੇ ਸਰਦਾਰ ਗੁਰਬਖਸ਼ ਸਿੰਘ ਜੀ ਕੈਰੋਂ ਸਾਹਿਬ, ਨਾਲ ਸਾਡੇ ਸਰਦਾਰ ਜਰਮਨ ਸਿੰਘ ਜੀ ਬਾਠ ਅਤੇ ਸਰਦਾਰ ਦਲਜੀਤ ਸਿੰਘ ਜੀ ਕੋਹਲੀ ਸਾਹਿਬ ਦਾ ਵੱਡਾ ਧੰਨਵਾਦ ਹੈ। ਉਧਰਲੇ ਪਾਸੇ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਮੇਨ ਸਟੇਜ ਹੈ ਨਾ ਜਿਹੜੀ, ਉਹ ਸਾਡੀਆਂ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ, ਮੇਨ ਸਟੇਜ ਆਪਾਂ ਉਹਨਾਂ ਲਈ ਬਣਾਈ ਹੈ। ਆਪਾਂ ਸਾਰੇ ਵੀਰਾਂ ਨੇ ਕੁਰਸੀਆਂ 'ਤੇ ਬੈਠ ਕਬੱਡੀ ਕੱਪ ਦਾ ਜਿਹੜਾ ਆਨੰਦ ਮਾਣਨਾ। ਆਪਾਂ ਜਿਹੜੇ ਵੀਰਾਂ ਨੂੰ ਸੰਦੇਸ਼ ਪੱਤਰ ਭੇਜੇ ਹੈ, ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ, ਮੇਨ ਸਟੇਜ ਆਪਾਂ ਉਹਨਾਂ ਲਈ ਤਿਆਰ ਕੀਤੀ ਹੈ। ਉਧਰਲੇ ਪਾਸੇ ਆਪਣੇ ਸੱਜਣਾ ਮਿੱਤਰਾਂ ਅਤੇ ਬੇਲੀਆਂ ਦੇ ਸਮੇਤ ਪੁੱਜੇ ਹੈ ਸਰਦਾਰ ਗੁਰਬਖਸ਼ ਸਿੰਘ ਜੀ ਕੈਰੋਂ ਸਾਹਿਬ, ਨਾਲ ਸਾਡੇ ਸਰਦਾਰ ਜਰਮਨ ਸਿੰਘ ਜੀ ਬਾਠ ਅਤੇ ਸਰਦਾਰ ਦਲਜੀਤ ਸਿੰਘ ਜੀ ਕੋਹਲੀ ਸਾਹਿਬ, ਹਰ ਸਾਲ ਵੱਡੀ ਹਾਜ਼ਰੀ ਭਰਦੇ ਇਸ ਧਰਤੀ 'ਤੇ। ਚੱਲਦਾ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਕਹਿੰਦੇ ਸਿਰੇ ਦਾ, ਮਾਝਾ ਖਾਲਸਾ ਕਬੱਡੀ ਘਰਿਆਲੇ ਦੇ ਖਿਡਾਰੀ ਵੀ ਜਿਹੜੇ ਪੁੱਜਦੇ ਜਾ ਰਹੇ ਹੈ। ਦੋਨਾਂ ਟੀਮਾਂ ਦੇ ਦਰਮਿਆਨ ਇੱਕ ਸਿਰੇ ਦਾ ਮੁਕਾਬਲਾ, ਸਿਰੇ ਦੀ ਟੱਕਰ ਜਿਹੜੀ ਦੇਖਣ ਨੂੰ ਮਿਲਣੀ ਹੈ, ਕਿਹੜੀ ਟੀਮ ਜਿੱਤੀ ਹੈ। 16 ਪੁਆਇੰਟ ਮੀਰੀ ਪੀਰੀ ਸਪੋਰਟਸ ਕਲੱਬ
ਸੁਲਤਾਨਵਿੰਡ ਦੀ ਟੀਮ ਦੇ ਹੈ। ਠੀਕ ਹੈ ਜੀ, ਇੰਨੇ ਹੀ ਹੈ ਨਾ, 25 ਪੁਆਇੰਟ ਨੇ ਸੁਲਤਾਨਵਿੰਡ ਪਿੰਡ ਦੇ। ਠੀਕ ਹੈ, ਦੱਸ ਦਿਓ ਯਾਰ, ਇੰਨਾ ਹੀ ਹੈ। ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਗਿਆ ਜਿਹੜਾ ਮੈਚ ਸਮਾਪਤ ਹੈ। ਆਹ ਜਿਹੜਾ ਮੈਚ ਕਹਿੰਦੇ ਇੱਕ ਡਾਂਗ ਖੜਕਣ ਵਾਲਾ ਮੁਕਾਬਲਾ ਹੋਊਗਾ। ਕਹਿੰਦੇ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ, ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ। ਕੋਈ ਡੰਗਰਾਂ ਨੂੰ ਲੈਂਟਰ ਲਾਈ ਫਿਰਦਾ, ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ, ਕੋਈ ਚੂਚਿਆਂ ਨੂੰ ਜਨੇਟਰ ਲਾਈ ਫਿਰਦਾ, ਕੋਈ ਰੋਟੀ ਲੱਭਦਾ ਕੂੜੇ ਦੇ ਢੇਰ ਵਿੱਚੋਂ, ਕੋਈ ਬੱਚਿਆਂ ਨੂੰ ਪੀਜੇ ਬਰਗਰ ਖਵਾਈ ਫਿਰਦਾ, ਕੋਈ ਰੰਗ ਬਰੰਗੀਆਂ ਪਾਵੇ ਪੁਸ਼ਾਕਾਂ, ਕੋਈ ਨੰਗਾ ਰਹਿ ਕੇ ਜ਼ਿੰਦਗੀ ਹੰਡਾਈ ਫਿਰਦਾ, ਕੋਈ ਸਾਈਕਲ ਵੀ ਲਵੇ ਵਿਆਜ ਉੱਤੇ, ਕੋਈ ਕੁੱਤੇ ਕਾਰਾਂ 'ਚ ਬਿਠਾਈ ਫਿਰਦਾ, ਕਿਸੇ ਨੂੰ ਪਤਾ ਨਹੀਂ ਦੌਲਤਾਂ ਕਿੰਨੀਆਂ ਵਾਂ, ਕੋਈ ਦਿਹਾੜੀ ਕਰਕੇ ਡੰਗ ਟਪਾਈ ਫਿਰਦਾ, ਰਾਣਾ ਮਾਧੋ ਝੰਡੀਆਂ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ, ਰਾਣਾ ਮਾਧੋ ਝੰਡੀਆਂ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ। ਦਾਲਾ ਸਾਡਾ ਭਰਾ, ਮਿੱਤਰਾਂ ਦੀ ਦੁਨੀਆਂ ਦੇ ਵਿੱਚ ਵੱਡਾ ਪਿਆਰ, ਉਹ ਵੀ ਪੁੱਜਿਆ ਸਾਡਾ ਵੀਰ ਦਿਲਬਾਗ ਘਰਿਆਲਾ ਜੀ। ਜਲਦੀ ਦੋਨਾਂ ਟੀਮਾਂ ਨੂੰ ਆਪਾਂ ਲਾਈਨ ਅਪ ਕਰਾਂਗੇ ਅਤੇ ਇੱਕ ਸਿਰੇ ਦੇ ਮੈਚ ਦੀ ਸ਼ੁਰੂਆਤ ਦੇਖਣ ਨੂੰ ਮਿਲੇਗੀ।